एक हैरानजनक मामले ने सब दे होश उड़ा के रख दिते ने। दस दी कि एक व्यक्ति दे वल्लों अपनी ही साली जिसकी उम्र महज 19 साल सी उसका कतल कर दिता गया अते इस व्यक्ति दे वल्लों अपनी पत्नी का भी कतल किया गया है। मामला शकद है, व्यक्ति नू अपनी साली अते इस दे नाल ही अपनी पत्नी दे उत्ते शक सी जिस कारण दोनों का ही कतल कर दिता गया। सो बेहद हैरानजनक मामला है। हुण मंग की जा रही है इंसाफ की, पर तुहानू इस दे नाल ही यह भी दस दिए कि यह घटना पिंड आसा बुटर दी है जिथे बलजिंदर सिंह नाम के जो व्यक्ति है इसके वालों दोपहर के समय अपनी पत्नी संदीप कौर जिसकी उम्र 35 साल सी और इसके नाल ही कोमलप्रीत कौर जिसकी उम्र 19 साल सी इसने अपनी भैन दे कोल ये जो लड़की है पढ़ती सी यानी कि जिजे के घर के ही लड़की रहती सी पर इसनू शक सी कि जो लड़की है वो उसका जो करैक्टर है सही नहीं है। इस नाल ही पत्नी के उत्ते भी कुछ अजिहा ही शक व्यक्ति नू सी जिस कारण व्यक्ति ने अपनी ही जो पत्नी है उसका कतल कर दिता है, अपनी साली का भी कतल कर दिता है। फिलहाल हैरानजनक तस्वीर सामने आईया ने। सो मौके के उत्ते पुलिस दे वल्लों पूरे मामले की तफ्तीश की जा रही है। पूरे मामले की जांच दे विच पुलिस जुट गई है। मौके दी कुछ तस्वीर सामने आईया ने, नाल दी नाल तुहानू तस्वीर दिखाने हैं। पर हैरानजनक गल यह है कि अपनी महज 19 साल साली का भी कतल इस व्यक्ति के वलों कर दिता गया है। सो डंडिया दे नाल बुरी तरीके दे नाल पत्नी और साली का कतल किया गया। फिलहाल हुण मंग की जा रही है इंसाफ की। अज सानू पता लगे भी संदीप कौर ते उहदी भैन कोमलजीत कौर इन्हां नू जिहड़ा पिंड आसा बुटर विखे मारता है। असीं मौके ते आए हैं, जिहड़ियां डेड बॉडी कब्जे च लै लईआं, ਬਿਆਨਾ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ। ਕਾਰਨਾਂ ਦਾ ਪਤਾ ਲੱਗਿਆ ਅਜੇ ਤੱਕ? ਹਾਂਜੀ, ਕਾਰਨ ਪਤਾ ਲੱਗਿਆ ਨਹੀਂ, ਹਜੇ ਤਫਤੀਸ਼ ਜਾ ਰਹੀ ਹੈ। ਕਿਸ ਚੀਜ਼ ਦੇ ਨਾਲ ਜਿਹੜਾ ਇਹਨੂੰ ਵਾਰ ਕੀਤਾ ਗਿਆ ਸੀ? ਇਹ ਤਾਂ ਵੇਖਣ ਤੋਂ ਲੱਗਦਾ ਵੀ ਇਹ ਜਿਹੜੇ ਡੰਡੇ ਦੀਆਂ ਸੱਟਾਂ ਹੈ, ਕੋਈ ਡਾਂਗ ਜਾਂ ਡੰਡਾ ਸੁੱਟਾ। ਦੋਸ਼ੀ ਨੂੰ ਫੜ ਲਿਆ ਗਿਆ? ਨਹੀਂ, ਅਜੇ ਨਹੀਂ ਫੜਿਆ ਜੀ। ਇੱਕ ਹੈਰਾਨਜਨਕ ਮਾਮਲੇ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ। ਦੱਸ ਦਈਏ ਕਿ ਇੱਕ ਵਿਅਕਤੀ ਦੇ ਵੱਲੋਂ ਆਪਣੀ ਹੀ ਸਾਲੀ ਜਿਸਦੀ ਉਮਰ ਮਹਿਜ 19 ਸਾਲ ਸੀ ਉਸਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦਾ ਵੀ ਕਤਲ ਕੀਤਾ ਗਿਆ ਹੈ। ਮਾਮਲਾ ਸ਼ੱਕਦ ਹੈ, ਵਿਅਕਤੀ ਨੂੰ ਆਪਣੀ ਸਾਲੀ ਅਤੇ ਇਸ ਦੇ ਨਾਲ ਹੀ ਆਪਣੀ ਪਤਨੀ ਦੇ ਉੱਤੇ ਸ਼ੱਕ ਸੀ ਜਿਸ ਕਾਰਨ ਦੋਨਾਂ ਦਾ ਹੀ ਕਤਲ ਕਰ ਦਿੱਤਾ ਗਿਆ। ਸੋ ਬੇਹੱਦ ਹੈਰਾਨਜਨਕ ਮਾਮਲਾ ਹੈ। ਹੁਣ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ, ਪਰ ਤੁਹਾਨੂੰ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਹ ਘਟਨਾ ਪਿੰਡ ਆਸਾ ਬੁੱਟਰ ਦੀ ਹੈ ਜਿੱਥੇ ਬਲਜਿੰਦਰ ਸਿੰਘ ਨਾਮ ਦੇ ਜੋ ਵਿਅਕਤੀ ਹੈ ਇਸਦੇ ਵੱਲੋਂ ਦੁਪਹਿਰ ਦੇ ਸਮੇਂ ਆਪਣੀ ਪਤਨੀ ਸੰਦੀਪ ਕੌਰ ਜਿਸਦੀ ਉਮਰ 35 ਸਾਲ ਸੀ ਅਤੇ ਇਸਦੇ ਨਾਲ ਹੀ ਕੋਮਲਪ੍ਰੀਤ ਕੌਰ ਜਿਸਦੀ ਉਮਰ 19 ਸਾਲ ਸੀ ਇਸਨੇ ਆਪਣੀ ਭੈਣ ਦੇ ਕੋਲ ਇਹ ਜੋ ਲੜਕੀ ਹੈ ਪੜ੍ਹਦੀ ਸੀ ਯਾਨੀ ਕਿ ਜਿਜੇ ਦੇ ਘਰ ਦੇ ਵਿੱਚ ਹੀ ਲੜਕੀ ਰਹਿੰਦੀ ਸੀ ਪਰ ਇਸਨੂੰ ਸ਼ੱਕ ਸੀ ਕਿ ਜੋ ਲੜਕੀ ਹੈ ਉਹ ਉਸਦਾ ਜੋ ਕਰੈਕਟਰ ਹੈ ਸਹੀ ਨਹੀਂ ਹੈ। ਇਸਦੇ ਨਾਲ ਹੀ ਪਤਨੀ ਦੇ ਉੱਤੇ ਵੀ ਕੁਝ ਅਜਿਹਾ ਹੀ ਸ਼ੱਕ ਵਿਅਕਤੀ ਨੂੰ ਸੀ ਜਿਸ ਕਾਰਨ ਵਿਅਕਤੀ ਨੇ ਆਪਣੀ ਹੀ ਜੋ ਪਤਨੀ ਹੈ ਉਸਦਾ ਕਤਲ ਕਰ ਦਿੱਤਾ ਹੈ, ਆਪਣੀ ਸਾਲੀ ਦਾ ਵੀ ਕਤਲ ਕਰ ਦਿੱਤਾ ਹੈ। ਫਿਲਹਾਲ ਹੈਰਾਨਜਨਕ ਤਸਵੀਰਾਂ ਸਾਹਮਣੇ ਆਈਆਂ ਨੇ। ਸੋ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਪੁਲਿਸ ਜੁਟ ਗਈ ਹੈ। ਮੌਕੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ, ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ। ਪਰ ਹੈਰਾਨਜਨਕ ਗੱਲ ਇਹ ਹੈ ਕਿ ਆਪਣੀ ਮਹਿਜ 19 ਸਾਲ ਸਾਲੀ ਦਾ ਵੀ ਕਤਲ ਇਸ ਵਿਅਕਤੀ ਦੇ ਵੱਲੋਂ ਕਰ ਦਿੱਤਾ ਗਿਆ ਹੈ। ਸੋ ਡੰਡਿਆਂ ਦੇ ਨਾਲ ਬੁਰੀ ਤਰੀਕੇ ਦੇ ਨਾਲ ਪਤਨੀ ਅਤੇ ਸਾਲੀ ਦਾ ਕਤਲ ਕੀਤਾ ਗਿਆ। ਫਿਲਹਾਲ ਹੁਣ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ। ਅੱਜ ਸਾਨੂੰ ਪਤਾ ਲੱਗਿਆ ਵੀ ਸੰਦੀਪ ਕੌਰ ਤੇ ਉਹਦੀ ਭੈਣ ਕੋਮਲਜੀਤ ਕੌਰ ਇਹਨਾਂ ਨੂੰ ਜਿਹੜਾ ਪਿੰਡ ਆਸਾ ਬੁੱਟਰ ਵਿਖੇ ਮਾਰਦਾ ਹੈ। ਅਸੀਂ ਮੌਕੇ ਤੇ ਆਏ ਹਾਂ, ਜਿਹੜੀਆਂ ਡੈਡ ਬੋਡੀ ਕਬਜ਼ੇ ਚ ਲੈ ਲਈਆਂ, ਬਿਆਨਾ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ। ਕਾਰਨਾਂ ਦਾ ਪਤਾ ਲੱਗਿਆ ਅਜੇ ਤੱਕ? ਹਾਂਜੀ, ਕਾਰਨ ਪਤਾ ਲੱਗਿਆ ਨਹੀਂ, ਹਜੇ ਤਫਤੀਸ਼ ਜਾ ਰਹੀ ਹੈ। ਕਿਸ ਚੀਜ਼ ਦੇ ਨਾਲ ਜਿਹੜਾ ਇਹਨੂੰ ਵਾਰ ਕੀਤਾ ਗਿਆ ਸੀ? ਇਹ ਤਾਂ ਵੇਖਣ ਤੋਂ ਲੱਗਦਾ ਵੀ ਇਹ ਜਿਹੜੇ ਡੰਡੇ ਦੀਆਂ ਸੱਟਾਂ ਹੈ, ਕੋਈ ਡਾਂਗ ਜਾਂ ਡੰਡਾ ਸੁੱਟਾ। ਦੋਸ਼ੀ ਨੂੰ ਫੜ ਲਿਆ ਗਿਆ? ਨਹੀਂ, ਅਜੇ ਨਹੀਂ ਫੜਿਆ ਜੀ।